ਸਾਡੇ ਐਸਐਸਪੀ ਸਾਹਿਬ ਮਨਵਿੰਦਰ ਸਿੰਘ ਜੀ ਭੁੱਲਰ ਸਾਹਿਬ ਦਾ ਫੋਨ ਆਇਆ ਕਿ ਸਰਕਾਰ ਤੁਹਾਡੀ ਜਲਦ ਮੀਟਿੰਗ ਰੱਖ ਰਹੀ ਆ। ਮੈਂ ਵਿਸ਼ਵਾਸ ਕਰਦਾ ਕਿ ਮੀਟਿੰਗ ਹੋਵੇ, ਪੰਜਾਬ ਦੇ ਲੋਕ ਵੀ ਖਰਾਬ ਨਾ ਹੋਣ, ਔਰ ਜਿਹੜਾ ਪੰਜਾਬ ਦੇ ਵਿੱਚ ਅਸੀਂ ਅਨਾਜ ਦੀ ਢੋਆ ਢੁਆਈ ਬੰਦ ਕੀਤੀ ਹੋਈ ਆ, ਸਪੈਸ਼ਲ ਵਗੈਰਾ ਬੰਦ ਕੀਤੀਆਂ ਹੋਈਆਂ, ਜਿਹੜਾ ਹੁਣ ਸਰਕਾਰੀ ਕੰਮ ਬੰਦ ਕੀਤਾ ਹੋਇਆ ਉਹਦੇ ਨਾਲ ਨਾਲ ਅਸੀਂ ਗੈਰ ਸਰਕਾਰੀ ਕੰਮ ਵੀ ਬੰਦ ਕਰਾਂਗੇ। ਔਰ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ 18 ਤਰੀਕ ਨੂੰ, ਜਿਹੜਾ 18 ਤਰੀਕ ਆ ਰਹੀ 18 ਜਨਵਰੀ ਨੂੰ ਜਿਹੜਾ ਸਤਲੁਜ ਦਾ ਪੁਲ ਆ ਉਹ ਦੋਨੋਂ ਸਾਈਡ ਤੋਂ ਬੰਦ ਕਰ ਦਿੱਤਾ ਜਾਊਗਾ। ਪਰ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਕਹਿਣਾ ਚਾਹੁੰਦਾ, ਕਈ ਲੋਕ ਸੋਚਦੇ ਆ ਕਿ ਜਿਹੜਾ ਕੱਟ ਹੋਊਗਾ 100 ਜਾਂ 1000 ਜੇ ਹੋਊਗਾ, ਮੈਂ ਵਾਅਦਾ ਕਰਦਾ ਕਿ ਜੇ 5000 ਤੋਂ ਘੱਟ 5000 ਤੱਕ ਵੀ ਕੱਟ ਹੋਇਆ ਤੇ 5 ਵਜੇ ਉੱਥੇ ਹੀ ਅਸਤੀਫਾ ਦੇ ਦਾਂਗਾ। ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅਸਤੀਫੇ ਦਊਗੀ, ਕਿਉਂਕਿ ਅਸੀਂ ਇਸ ਕਾਬਲ ਨਹੀਂ ਹੈਗੇ ਕਿ ਅਸੀਂ ਪੰਜਾਬ ਦੀ ਲੜਾਈ ਲੜੀਏ। ਠੀਕ ਹੈ, ਮੈਂ ਆਪਣੇ ਪਰਿਵਾਰ ਦੇ ਨਾਲ ਜਾਵਾਂਗਾ, ਸਾਰੇ ਟਰੱਕ ਆਪਰੇਟਰ ਪਰਿਵਾਰ ਲੈ ਕੇ ਉੱਥੇ ਜਾਣਗੇ, ਪਰ ਅਸੀਂ ਉੱਥੇ ਬੈਠਾਂਗੇ ਜ਼ਰੂਰ। 18 ਤਰੀਕ ਦਾ ਧਰਨਾ ਆ, ਉਹ ਲੱਗੂਗਾ ਹੀ ਲੱਗੂਗਾ। ਪਰ ਅੱਜ ਜਿਹੜੇ ਮੇਰੇ ਨਾਲ ਕਿਸਾਨ ਆਗੂ ਜਿਹੜੇ ਇਸ ਗੱਲ ਤੋਂ, ਕਿਉਂਕਿ ਲੰਬਾ ਸਮਾਂ ਇਹਨਾਂ ਨੇ ਵੀ ਸੰਘਰਸ਼ ਲੜਿਆ, ਆਹ ਤੁਹਾਡੇ ਕੋਲ ਪਿੱਛੇ ਪ੍ਰਭਜੋਤ ਸਿੰਘ ਸੰਘਾ ਸਾਹਿਬ ਸਰਪੰਚ ਸਾਹਿਬ ਬੈਠੇ ਆ, ਇਹਨਾਂ ਨੇ ਮੇਰਾ ਖਿਆਲ ਆ ਕਿ 3 ਤੋਂ 4 ਮਹੀਨੇ ਉੱਥੇ ਕਿਸਾਨ ਅੰਦੋਲਨ ਚ ਰਹੇ। ਮੈਂ ਆਪਣੀ ਮੇਰੀ ਜਿਹੜਾ ਆਲ ਟਰੱਕ ਆਪਰੇਟਰ ਯੂਨੀਅਨ ਟਰੱਕ ਯੂਨੀਅਨ ਦਾ ਫੇਸਬੁੱਕ ਪੇਜ ਆ, ਮੇਰਾ ਆਪਣਾ ਪੇਜ ਆ, ਉੱਥੇ ਜਾ ਕੇ ਚੈੱਕ ਕਰ ਸਕਦੇ ਕਿ ਮੈਂ ਕਿਸਾਨ ਅੰਦੋਲਨ ਨੇ ਕਿੰਨਾ ਕੰਮ ਕੀਤਾ, ਚਾਹੇ ਬੀਜੇਪੀ ਦੇ ਮੰਤਰੀਆਂ ਦੀਆਂ ਕੋਠੀਆਂ ਘੇਰੀਆਂ। ਪਰ ਹੁਣ ਅਸੀਂ ਜਿੱਥੇ ਬੀਜੇਪੀ ਨਾਲ, ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ, ਜਾਖੜ ਸਾਹਿਬ ਦੇ ਟਰੱਕਾਂ ਦੇ ਖਿਲਾਫ ਬੋਲਦੇ ਨਹੀਂ ਹੈ, ਤੁਸੀਂ ਕਿਸੇ ਦਾ ਜਲੰਧਰ ਜਾਂ ਪੰਜਾਬ ਦਾ ਪ੍ਰੋਗਰਾਮ ਪਹਿਲਾਂ ਦੱਸੋ, ਤੁਸੀਂ ਆਪਣੇ ਲੀਡਰਾਂ ਨੂੰ ਵੀ ਵਰਕਰਾਂ ਨੂੰ ਲੈ ਕੇ ਆਇਓ, ਪੰਜਾਬ ਦੀਆਂ ਟਰੱਕ ਦੀਆਂ ਇਕੱਠੇ ਹੋ ਕੇ ਤੁਹਾਨੂੰ ਤੁਹਾਡਾ ਸਾਹਮਣਾ ਕਰਾਂਗੇ, ਤੁਹਾਡਾ ਕੋਈ ਪ੍ਰੋਗਰਾਮ ਨਹੀਂ ਚੱਲਣ ਦੇਵਾਂਗੇ। ਪਿਛਲੇ ਦਿਨ ਸਾਡੇ ਜਿਹੜੇ ਕਾਨੂੰਨ ਮੰਤਰੀ ਆ ਉਹਨਾਂ ਦਾ ਪਤਾ ਲੱਗਾ ਨਕੋਦਰ ਚੋਣਾਂ ਤੇ, ਮੈਂ ਰਾਤ ਨੂੰ ਨਕੋਦਰ ਚੋਣਾਂ ਦੇ ਘਰਾਓ ਦਾ ਪ੍ਰੋਗਰਾਮ ਦੇ ਦਿੱਤਾ, ਉਹ ਆਪਣਾ ਪ੍ਰੋਗਰਾਮ ਕੈਂਸਲ ਕਰਕੇ ਰਾਤ ਨੂੰ ਰਵਾਨਾ ਹੋ ਗਏ। ਸੋ ਮੈਂ ਪੰਜਾਬ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਆਪਣੇ ਟਰੱਕ ਯੂਨੀਅਨ ਲੈ ਕੇ ਜਿਹੜੀ ਆ ਕਿਸਾਨ ਜਥੇਬੰਦੀ ਬਣ ਲੱਗੀ ਆ, ਇਹਨੂੰ ਨਾਲ ਲੈ ਕੇ ਪੰਜਾਬ ਦੇ ਜਿਹੜਾ ਕੋਈ ਵੀ ਮੰਤਰੀ ਆਊਗਾ, ਸੈਂਟਰ ਦਾ ਵਜ਼ੀਰ ਆਊਗਾ, ਜਾਂ ਪੰਜਾਬ ਦੀ ਅਗਵਾਈ ਕਰਨ ਵਾਲੇ ਜਾਖੜ ਸਾਹਿਬ ਆਉਣਗੇ, ਇਹਨਾਂ ਦਾ ਘਰਾਓ ਕਰੂਗਾ, ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੁਣ ਦਿੱਤਾ ਜਾਊਗਾ। ਸੋ ਹੁਣ ਜੇ ਤੁਸੀਂ ਕੋਈ ਕੁਐਸਚਨ ਕਰਨਾ ਹੋਵੇ ਤੇ ਮੈਂ ਉਸ ਗੱਲ ਦੇ ਜਵਾਬ ਦੇਣ ਲਈ ਤਿਆਰ ਬੈਠਾ। ਮੇਰਾ ਇਹਦੇ ਪਿੱਛੇ ਕੋਈ ਸਿਆਸੀ ਮੰਚ ਆ ਨਹੀਂ, ਨਾ ਮੇਰੀ ਕੋਈ ਸਿਆਸੀ ਪਾਰਟੀ ਆ, ਨਾ ਮੈਂ ਕਿਸੇ ਸਿਆਸੀ ਪਾਰਟੀ ਨੂੰ ਆਪਣਾ ਮੰਚ ਦੇਵਾਂ। ਸਿਰਫ ਤੇ ਸਿਰਫ ਟਰੱਕ ਆਪਰੇਟਰ ਤੇ ਪੰਜਾਬ ਦੇ ਕਿਸਾਨ ਇਹ ਮੰਚ ਨੂੰ ਦੇਖਣਗੇ। ਸੋ ਬਾਕੀ ਦਾ ਜਿਹੜੇ ਤੁਸੀਂ ਸੰਘਾ ਸਾਹਿਬ ਤੇ ਤੁਸੀਂ ਪ੍ਰਭਜੋਤ ਸਾਹਿਬ ਸਰਪੰਚ ਸਾਹਿਬ, ਤੁਸੀਂ ਆ ਜਾਣਾ, ਤੁਸੀਂ ਆ ਕੇ ਆਪਣਾ ਜਿਹੜਾ ਹੈਗਾ ਆ ਨਾਲ ਦੇ ਪਾਸੇ ਬੈਠ ਜਾਣਾ। ਸੰਘਾ ਸਾਹਿਬ ਤੁਸੀਂ ਆ ਜਾਓ। ਬਿਲਕੁਲ, ਉਸ ਕਾਨੂੰਨ ਨੂੰ ਲੈ ਕੇ ਕਰ ਰਿਹਾ। ਉਹ ਤੋਂ ਬਾਅਦ ਪੰਜਾਬ ਸਰਕਾਰ ਨਾਲ ਜਿਹੜੀਆਂ ਮੰਗਾਂ ਉਹ ਪੰਜਾਬ ਸਰਕਾਰ ਨੇ ਮੰਗਣੀਆਂ। ਜੇ ਪੰਜਾਬ ਸਰਕਾਰ ਨੂੰ ਵੀ ਟਾਈਮ ਦਿੰਦਾ 1 ਮਹੀਨੇ ਦਾ, ਜੇ ਨਹੀਂ ਹੋਊਗਾ ਜਿੱਥੇ ਇਹਦੇ ਮੰਤਰੀ ਜਾਣਗੇ, ਜਿੱਥੇ ਇਹਦੇ ਮੰਤਰੀ ਜਾਣਗੇ ਉੱਥੇ ਤੁਸੀਂ ਪੰਜਾਬ ਦੇ ਮੰਤਰੀਆਂ ਦਾ ਵੀ ਘਰਾਓ ਕਰਾਂਗਾ। ਪਰ ਮੈਂ ਜਲੰਧਰ ਦਾ ਵਸਨੀਕ ਆ, ਜੇ ਜਲੰਧਰ ਜਾਊਗਾ ਤੇ ਰਾਤ ਨੂੰ ਵੀ 8 ਵਜੇ ਪਤਾ ਲੱਗੂਗਾ ਤਾਂ ਘਰਾਓ ਕਰੂੰਗਾ। ਜੇ ਪੰਜਾਬ ਦਾ ਕਿਤੇ ਹੋਰ ਦਾ ਪ੍ਰੋਗਰਾਮ ਹੋਊਗਾ ਜਿਹੜਾ ਮੈਨੂੰ ਪਹਿਲਾਂ ਪਤਾ ਲੱਗੂ ਇਸ ਦਿਨ ਇੱਥੇ ਆ ਰਹੇ ਆ, ਤੇ ਉਸ ਦਿਨ ਉਹ ਜਾ ਕੇ ਖਰਾਬ ਕਰੂੰਗਾ।